ਮਾਜੂ ਦਾ ਰੋਲ ਤੂੰ ਬਹੁਤ ਅੱਛਾ ਕੀਤਾ, ਔਰ ਤੈਨੂੰ ਸੱਜਿਆ ਵੀ ਬੜਾ, ਕਾਲਾ ਸੂਟ ਉਹਨਾਂ ਦਿਨਾਂ 'ਚ ਤੂੰ ਦਾੜ੍ਹੀ ਰੱਖੀ ਸੀ, ਔਰ ਮਾਜੂ ਲੱਗ ਰਿਹਾ ਸੀ। ਮੈਂ ਕਿਹਾ ਮਾਜੂ ਡਰਾਮੇ ਤੋਂ ਬਾਅਦ ਮੰਗਦਾ ਸੜਕਾਂ 'ਤੇ। ਅਸਲਾਮ ਵਾਲੀਕੁਮ ਨਾਜ਼ਰੀਨ, ਤੁਸੀਂ ਦੇਖ ਰਹੇ ਹੋ ਅਲਬੇਲਾ ਟੀ ਵੀ। ਇਸ ਵੇਲੇ ਮੇਰੇ ਕੋਲ ਜਿਹੜੇ ਫਨਕਾਰ ਬੈਠੇ ਨੇ, ਮਾਸ਼ਾਅੱਲਾ ਬਹੁਤ ਸੀਨੀਅਰ ਫਨਕਾਰ ਨੇ। ਮੈਂ ਜਦੋਂ ਫੀਲਡ 'ਚ ਆਇਆ ਸਾਂ ਤਾਂ ਇਹ ਕੰਮ ਕਰ ਰਹੇ ਸਨ, ਔਰ ਅੱਜ ਵੀ ਕਰ ਰਹੇ ਨੇ। ਇਸ ਵੇਲੇ ਗੁਜਰਾਂ ਵਾਲੇ ਛਾਏ ਨੇ, ਬੜੇ ਪਿਆਰੇ ਫਨਕਾਰ ਨੇ, ਵਰਸਟਾਈਲ ਫਨਕਾਰ ਨੇ, ਕਾਮੇਡੀ ਤੋਂ ਲੈ ਕੇ ਐਕਟਿੰਗ ਤੱਕ ਇਹਨਾਂ ਦੇ ਅੰਦਰ ਮੌਜੂਦ ਹੈ। ਅਤੇ ਮੇਰੇ ਨਾਲ ਬੈਠੇ ਨੇ ਅਰਫਾਨ ਸ਼ੀਵਾ ਸਾਹਿਬ। ਅਸਲਾਮ ਵਾਲੀਕੁਮ। ਵਾਲੀਕੁਮ ਅਸਲਾਮ ਅਲਬੇਲਾ ਸਾਹਿਬ, ਕੀ ਹਾਲ ਹੈ ਸਰ? ਠੀਕ ਠਾਕ ਹੋ? ਅੱਲਾਹ ਦਾ ਬੜਾ ਸ਼ੁਕਰ। ਤੁਸੀਂ ਸੁਣਾਓ, ਕੈਸੇ ਜ਼ਿੰਦਗੀ ਗੁਜ਼ਰ ਰਹੀ ਹੈ? ਅੱਲਾਹ ਤਾਲਾ ਦੀ ਬਹੁਤ ਰਹਿਮਤ ਹੈ, ਸ਼ੁਕਰ ਅਲਹਮਦੁਲਿਲਾ। ਅੱਲਾਹ ਨੇ ਬਹੁਤ ਸੋਹਣਾ ਰੱਖਿਆ, ਔਰ ਤੁਹਾਨੂੰ ਵੇਖ ਕੇ ਬੜੀ ਖੁਸ਼ੀ ਹੋਈ। ਤੁਹਾਡਾ ਚੈਨਲ ਦੇਖੀਦਾ, ਚੈਨਲ ਦੇ ਪ੍ਰੋਗਰਾਮ ਤੁਹਾਡੇ ਦੇਖੀਦੇ, ਬੜੀ ਖੁਸ਼ੀ ਹੁੰਦੀ ਹੈ ਕਿ ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਹੈ। ਸਾਡੇ ਨਾਲ ਚੱਲਣ ਵਾਲਾ ਬੰਦਾ ਅੱਲਾਹ ਤਾਲਾ ਨੇ ਕਿੱਡੀਆਂ ਸੋਹਣੀਆਂ ਬੁਲੰਦੀਆਂ 'ਤੇ ਪਹੁੰਚਾਇਆ, ਔਰ ਇਹ ਤੁਹਾਡੀ ਨੀਅਤ ਸੀ। ਇਹ ਉਦੋਂ ਨਜ਼ਰ ਆਉਂਦੀ ਸੀ ਅਲਬੇਲਾ ਸਾਹਿਬ ਕਿ ਉਹ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਉਦੋਂ ਹੀ ਨਜ਼ਰ ਆਉਂਦੇ ਸਨ। ਬਿਲਕੁਲ, ਤੁਸੀਂ ਤਾਂ ਮੇਰੇ ਬੜੇ ਪੁਰਾਣੇ ਸਾਥੀ ਹੋ, ਮੇਰੇ ਤੁਸੀਂ ਉਦੋਂ ਦੇ ਸਾਥੀ ਹੋ ਜਦੋਂ ਮੇਰੇ ਕੋਲ ਵੀ ਪੈਸੇ ਨਹੀਂ ਸੀ ਹੁੰਦੇ, ਤੇਰੇ ਕੋਲ ਵੀ ਨਹੀਂ ਸੀ ਹੁੰਦੇ, ਬਲਕਿ ਮੇਰੇ ਕੋਲ ਥੋੜ੍ਹੇ ਜਿਹੇ ਹੁੰਦੇ ਸੀ। ਔਰ ਯਕੀਨ ਕਰੋ ਤੁਸੀਂ ਦੇਖਣ ਵਾਲੇ ਮਾਸ਼ਾਅੱਲਾ ਸਾਰੇ ਵੀਵਰ ਕਿ ਬਹੁਤ ਦਫ਼ਾ ਇਸ ਤਰ੍ਹਾਂ ਹੋਇਆ ਕਿ ਮੈਂ ਅਲਬੇਲਾ ਸਾਹਿਬ ਦਾ ਬੂਹਾ ਖੜਕਾ ਕੇ ਕਿਹਾ ਮੈਂ ਮੈਲਸੀ ਜਾਣਾ, ਮੈਂ ਸਾਹੀਵਾਲ ਜਾਣਾ, ਕਿਰਾਇਆ ਦੇ, ਅਤੇ ਇਹਨਾਂ ਨੇ ਅੜੀ ਕਰਨੀ, ਅਤੇ ਮੈਂ ਕਹਿਣਾ ਕਹਿੰਦਾ ਕਿ ਫਨਕਾਰ ਨੂੰ ਰੋਕਣ ਦੇ ਹੈ ਤਾਂ ਤੈਨੂੰ ਗੁਨਾਹ ਹੋਣਾ। ਅਲਬੇਲਾ ਸਾਹਿਬ ਬਹੁਤ ਨਰਮ ਦਿਲ ਆਦਮੀ, ਔਰ ਮਾਸ਼ਾਅੱਲਾ ਅੱਲਾਹ ਤਾਲਾ ਨੇ ਇਹਨਾਂ ਨੂੰ ਅਜਰ ਦਿੱਤਾ ਇਸ ਗੱਲ ਦਾ। ਬਹੁਤ ਦੁਆਵਾਂ ਨੇ ਇਹਨਾਂ ਦੇ ਨਾਲ, ਔਰ ਦੁਆ ਪਰਵਾਜ ਕਰਦੀ ਹੈ, ਔਰ ਇਹ ਨਜ਼ਰ ਆਇਆ। ਨਹੀਂ, ਮੈਂ ਸੋਚਣਾ ਕਿ ਸ਼ਾਇਦ ਮੈਨੂੰ ਅੱਲਾਹ ਨੇ ਇਸੇ ਚੀਜ਼ ਦਾ ਹੀ ਦਿੱਤਾ ਹੈ ਕਿ ਮੈਂ ਆਪਣੇ ਜੂਨੀਅਰ ਨਾਲ ਬੜੀ ਮੁਹੱਬਤ ਕੀਤੀ ਹੈ। ਮੇਰੇ ਘਰ ਵੀ ਤੁਹਾਡਾ ਆਉਣਾ ਜਾਣਾ ਇੰਝ ਹੀ ਸੀਗਾ ਕਿ ਮੈਂ ਸੁੱਤਾ ਵਾਂ, ਤੂੰ ਮੇਰੇ ਕੱਪੜੇ ਪਾ ਕੇ ਨਿਕਲ ਗਿਆ। ਜੀ, ਮੇਰਾ ਆਪਣਾ ਘਰ ਦੀ ਬਹੁਤ ਫੈਸਲਾ ਵੀ ਹੋਇਆ ਸੀ ਕਿ ਅਲਬੇਲਾ ਸਾਹਿਬ ਨਹੀਂ ਸੀ ਵੀ ਹੁੰਦੇ ਤਾਂ ਅਸੀਂ ਘਰ ਜਾਈਦਾ ਸੀ, ਅਤੇ ਅੰਮੀ ਹੋਰੀ ਅੱਬੂ ਹੋਰੀ ਇੰਝ ਹੀ ਪਿਆਰ ਕਰਦੇ ਸਨ ਕਿ ਜਿਵੇਂ ਅਸੀਂ ਉਹਨਾਂ ਦੀ ਸਕੀ ਔਲਾਦ ਹਾਂ। ਔਰ ਅਲਬੇਲਾ ਸਾਹਿਬ ਦੇ ਵਾਲਦਿਆਂ ਨੂੰ, ਵਾਲਦ ਸਾਹਿਬ ਨੂੰ ਅੱਲਾਹ ਜਨਤਾ ਹੀ ਘਰ ਕਰੇ, ਇਹਨਾਂ ਦੇ ਦੋਸਤ ਸਨ, ਬਹੁਤ ਪਿਆਰੇ ਦੋਸਤ ਸਨ ਅਲਬੇਲਾ ਸਾਹਿਬ ਦੇ, ਔਰ ਅਸੀਂ ਅੱਖੀ ਵੇਖਿਆ ਇਹਨਾਂ ਦੇ ਪਿੱਛੇ ਕਿੱਥੇ ਕਿੱਥੇ ਆਉਂਦੇ ਸਨ। ਫਿਰ ਅਸੀਂ ਮੁਲਤਾਨ ਵੀ ਬੜਾ ਵਕਤ ਗੁਜ਼ਾਰਿਆ, ਬਹੁਤ ਵਕਤ ਗੁਜ਼ਾਰਿਆ ਮੁਲਤਾਨ। ਅਤੇ ਅਲਬੇਲਾ ਸਾਹਿਬ, ਉਹ ਮੈਨੂੰ ਬਸ ਟਾਈਮ ਤੁਹਾਡੀ ਗੈਰ ਮੌਜੂਦਗੀ 'ਚ ਇੱਕ ਵਾਕਿਆ ਯਾਦ ਆਉਂਦਾ ਹੈ। ਚਾਂਦ ਰਾਤ ਸੀ, ਦਪਾਲਪੁਰ ਪਬਲਿਸਿਟੀ ਲਾਉਂਦੇ ਸੀ, ਅਤੇ ਦੁਕਾਨ ਦੀ ਛੱਤ ਤੋਂ ਛਾਲ ਮਾਰੀ ਬਿੱਲੀ ਨੇ, ਅਤੇ ਉਹ ਸ਼ਟਰ ਨਾ ਵੱਜੀ ਹੈ, ਅਤੇ ਖੜਕਾ ਹੋਇਆ, ਅਤੇ ਉਧਰੋਂ ਪੈਰੇ ਦਰਦ ਉੜਿਆ ਹੋਇਆ। ਉਹਨੇ ਕਿਹਾ ਤੁਮ ਚੋਰੀ ਕਰਤਾ, ਚੋਰ 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 ਚੋਰ। ਮੈਂ ਕਿਹਾ ਸਰ ਅਸੀਂ ਫਨਕਾਰ ਹਾਂ, ਇਸ਼ਤਿਹਾਰ ਲਾ ਰਹੇ ਹਾਂ। ਕਹਿੰਦਾ ਇਸ਼ਤਿਹਾਰ ਆ ਵੀ ਤੁਮੇ, ਤੁਮ ਇਸ਼ਤਿਹਾਰੀ ਹੋ? ਉਹ ਕਹਿੰਦਾ ਤੁਮ ਇਸ਼ਤਿਹਾਰੀ ਹੋ। ਉਹ ਥਾਣੇ ਲੈ ਗਿਆ, ਉੱਥੇ ਨਾ ਪੁੱਛੇ ਜਾ ਕੇ ਉਹ ਥਾਣੇ ਲੈ ਗਿਆ। ਸਾਨੂੰ ਲੇਟੀ ਦਾ ਪੀਪਾ ਮੇਰੇ ਕੋਲ ਸੀ, ਇਹੀ ਸਮੇਂ ਕਿਹਾ ਇਹ ਖੀਰ ਹੈ? ਮੈਂ ਕਿਹਾ ਨਹੀਂ ਜੀ, ਇਹ ਲੇਟੀ ਹੈ, ਲਗਤਾ ਤਾਂ ਖੀਰ ਹੈ। ਨਹੀਂ, ਜਦੋਂ ਉਹਨਾਂ ਨਾ ਪੁੱਛੇ ਤਾਂ ਸਾਰਿਆਂ ਦੇ ਨਾਂ ਦੱਸਣਾ। ਜਦੋਂ ਪਹਿਲੇ ਤਾਂ ਠੰਡ ਬੜੀ ਸੀ, ਜਾ ਕੇ ਉੱਥੇ ਬਹਿ ਗਏ ਸਾਰੇ, ਇੰਝ ਕਰਕੇ ਨੇ ਨਿੰਬੂ ਝਾਣੇ ਜੇ ਹੋ ਕੇ, ਅਤੇ ਪਰੇ ਇੱਕ ਥਾਣੇਦਾਰ ਨਹੀਂ, ਉਹ ਹੀਟਰ ਅੱਗੇ ਬੈਠਾ ਸੀ, ਪਤਾ ਨਹੀਂ ਹਵਾਲਦਾਰ ਸੀ। ਉਹ ਮੈਨੂੰ ਵੇਖ ਕੇ ਨਾ ਕਹਿੰਦਾ, ਉਹ ਇੱਧਰ ਆ ਜਾ, ਸੁੱਕਿਆ ਜਿਹਾ ਕਿਉਂ ਠੰਡ ਲਵਾਉਣੀ ਹੈ, ਆਹ ਸੇਕਲਾ ਭੋਰਾ। ਉਹ ਮੁੜ ਕੇ ਉਹਨਾਂ ਦਾ ਬੰਦਾ ਆ ਗਿਆ, ਉਹਨੇ ਕਾਪੀ ਕੱਢ ਲਈ, ਕਹਿੰਦਾ ਨਾਂ ਲਿਖਾਓ। ਮੈਂ ਕਿਹਾ ਲਓ ਜੀ, ਪਰਚਾ ਹੋ ਗਿਆ। ਤੇਰਾ ਕੀ ਨਾਂ? ਇਰਫਾਨ ਸ਼ੀਵਾ ਜੀ। ਤੇਰਾ ਕੀ ਨਾਂ? ਆਬਦ ਚਾਰਲੀ। ਤੇਰਾ ਕੀ ਨਾਂ? ਮੈਂ ਕਿਹਾ ਜੀ ਸਲੀਮ ਬੂਟਾ। ਉਹ ਮੁਸਲਮਾਨ ਹੈ? ਮੈਂ ਕਿਹਾ ਤੂੰ ਚੁੰਮੀ ਲੈਣੀ ਯਾਰ ਤੇਰੀ। ਮੈਂ ਬੜੇ ਬੜੇ ਵਾਕਿਆ ਅਲਬੇਲਾ ਸਾਹਿਬ ਦੇ, ਕਿਉਂਕਿ ਇਸ ਤਰ੍ਹਾਂ ਹੀ ਸਾਥ ਰਹੇ ਹਾਂ, ਜਿਵੇਂ ਮਤਲਬ ਇੱਕ ਲਗੋਟੀਆ ਹੁੰਦੇ ਨੇ, ਜਿਵੇਂ ਸ਼ੋਰ ਕੋ ਡਰਾਮਾ ਕਰ ਰਹੇ ਸੀ ਉੱਥੋਂ। ਮਾਸ਼ਾਅੱਲਾ ਸਾਡੇ ਬੜੇ ਸੀਨੀਅਰ ਆਰਟਿਸਟ ਨੇ, ਸਭ ਤੋਂ ਅੱਛੇ ਡਾਂਸਰ ਗਿਣੇ ਜਾਂਦੇ ਸਨ ਉਸ ਵਕਤ ਦੇ, ਸੁਮਨ ਚਿਸ਼ਤੀ ਸਾਹਿਬ। ਸੁਮਨ ਚਿਸ਼ਤੀ ਬੜੀ ਆਰਟਿਸਟ, ਬਹੁਤ ਅੱਛੀ ਆਰਟਿਸਟ, ਬਹੁਤ ਅੱਛੀ ਡਾਂਸਰ। ਉਹ ਡਰਾਮਾ ਵੀ ਮੈਂ ਹੀ ਲਵਾਇਆ ਸੀ। ਹਾਂਜੀ, ਉਹ ਤੁਹਾਡਾ ਹੀ ਡਰਾਮਾ ਸੀ, ਅਤੇ ਵਜ੍ਹਾ ਸੀ ਅਤੇ ਪੁਰਾਣੇ ਡਰਾਮਾ ਲੜਾਈ ਹੋ ਗਈ ਦੋਵਾਂ ਦੀ। ਇੱਧਰ ਵੀ ਚੈੱਕ ਪੋਸਟ, ਇੱਧਰ ਵੀ ਚੈੱਕ ਪੋਸਟ, ਉਹ ਇੱਧਰੋਂ ਦੇ ਫੌਜੀ ਲੈ ਆਈ, ਉਹ ਇੱਧਰੋਂ ਦੇ ਫੌਜੀ ਲੈ ਆਈ। ਅਤੇ ਹੁਣ ਅਲਬੇਲਾ ਸਾਹਿਬ ਵੀ ਮਾਸ਼ਾਅੱਲਾ ਬਹੁਤ ਹੀ ਪਿਆਰੇ ਫਨਕਾਰ ਸ਼ੁਰੂ। ਹਾਂਜੀ, ਸ਼ੋਰਕੋਟ PF, ਅੱਧੇ ਫੌਜੀ ਇਹਨਾਂ ਦੇ ਫੈਨ, ਅੱਧੇ ਫੌਜੀ ਉਹਨਾਂ ਦੇ ਫੈਨ। ਉਹ ਫਿਰ ਆਰਮੀ ਨੇ ਸਾਡੀ ਸੁਲਾਹ ਕਰਾਈ, ਉਹਨਾਂ ਨੇ ਕਿਹਾ ਡਾਲਾ ਬੋਤਲਾਂ ਦਾ ਲਿਆਓ, ਇਹਨਾਂ ਨੂੰ ਸਾਰਿਆਂ ਨੂੰ ਪਿਆਓ, ਇਹ ਯਾਰ ਤੁਸੀਂ ਨਾ ਲੜਿਆ ਨਾ ਕਰੋ।
ਬੜੇ ਵਾਕਿਆ ਬਲਬਿਲਾ ਸਾਹਿਬ, ਬੜੇ ਵਾਕਿਆ। ਅਤੇ ਤੁਸੀਂ ਮਾਸ਼ਾਅੱਲਾ ਸਾਰੀ ਜ਼ਿੰਦਗੀ ਬੜਾ ਅੱਛਾ ਕੰਮ ਕੀਤਾ ਹੈ। ਮੈਨੂੰ ਅੱਜ ਵੀ ਯਾਦ ਹੈ ਕਿ ਤੁਹਾਨੂੰ ਜਿਹੜਾ ਤੁਸੀਂ ਡਾਇਲਾਗ ਸੁਣਦੇ ਸੀ ਉਹ ਤੁਹਾਨੂੰ ਨਕਸ਼ ਹੋ ਜਾਂਦਾ ਸੀ, ਸਾਡੇ ਕੋਲ ਨਹੀਂ ਹੋਇਆ ਅੱਜ ਤੱਕ। ਅਤੇ ਉਹ ਕੋਈ ਡਾਇਲਾਗ ਸਾਡੇ ਸੁਣਨ ਵਾਲਿਆਂ ਨੂੰ ਸੁਣਾਓਗੇ? ਮੇਰੇ ਉਸਤਾਦ ਜੀ ਦੀਆਂ ਦੁਆਵਾਂ ਨੇ, ਅੱਲਾਹ ਉਹਨਾਂ ਨੂੰ ਸੌ ਸਵਾਰੀ ਜਨਤਾ ਇਨਕਾਰ ਕਰੇ, ਅਸ਼ਰਫ ਰਾਏ ਸਾਹਿਬ ਮੇਰੇ ਉਸਤਾਦ ਜੀ। ਬਸ ਮਾਨ ਸਾਹਿਬ ਨੂੰ ਵੀ ਅੱਲਾਹ ਜਨਤਾ ਇਨਕਾਰ ਕਰੇ, ਉਹ ਸਾਡੇ ਸਾਰਾ ਕੁਝ ਹੋ ਸਾਨੂੰ। ਅਤੇ ਜੇ ਡਾਇਲਾਗ ਦਾ ਤੁਸੀਂ ਕਹਿੰਦੇ ਹੋ ਤਾਂ ਤੁਹਾਡਾ ਵੱਡੇ ਹੋ ਤੁਸੀਂ ਸਾਡੇ, ਤੁਹਾਡੀ ਇਜਾਜ਼ਤ ਨਾਲ ਕਿ ਇੱਕ ਡਰਾਮਾ ਕਰਨੇ ਮਾਜੂ ਵਾਲਾ ਦਾ ਮੇਰੇ ਇਸ਼ਤਿਹਾਰੀ ਦਾ ਰੋਲ ਹੈ। ਐਸ ਪੀ ਮੇਰੇ ਪਿੱਛੇ ਪਿਆ ਵੇ ਅਤੇ ਉਹਨੇ ਆਖਿਆ, ਨਸਣ ਦੀ ਕੋਸ਼ਿਸ਼ ਨਾ ਕਰੀ ਮਾਜੂ, ਹੁਣ ਤੇਰੇ ਪੈਰਾਂ 'ਚ ਨਸਣ ਦੀ ਤਾਕਤ ਖਤਮ ਹੋ ਗਈ ਹੈ। ਹੁਣ ਤਾਂ ਮੰਨ ਜਾ ਕਿ ਮੁਜਰਮ ਜਿੱਡਾ ਵੀ ਤੇਜ਼ ਹੋਵੇ ਕਾਨੂੰਨ ਦੀਆਂ ਨਜ਼ਰਾਂ ਤੋਂ ਨਹੀਂ ਬਚ ਸਕਦਾ। ਏ ਤੇਰਾ ਝੂਠਾ ਖਾ ਵੀ ਸਾਹ ਬਹਾਦਰ, ਉਹ ਤੂੰ ਮਾਜੂ ਨੂੰ ਤਾਂ ਕੀ ਉਹਦੇ ਪੈਰਾਂ ਦੀ ਧੂੜ ਵੀ ਨਹੀਂ ਫੜ ਸਕਦਾ। ਇਹ ਕਿਉਂ ਭੁੱਲ ਗਿਆ ਬਦਮਾਸ਼ਾ ਕਿ ਇਸ ਧਰਤੀ ਦੀਆਂ ਮਾਵਾਂ ਨੇ ਤੇਰੇ ਵਰਗੇ ਚੋਰ ਡਾਕੂ ਤੋਂ ਲਟੇਰੇ ਪੈਦਾ ਨਹੀਂ ਕੀਤੇ? ਟੀਪੂ ਸੁਲਤਾਨ, ਮੁਹੰਮਦ ਬਿਨ ਕਾਸਮ ਅਤੇ ਰਾਸ਼ਿਦ ਮਿਨਹਾਜ਼ ਵਰਗੇ ਸ਼ਹੀਦ ਵੀ ਪੈਦਾ ਕੀਤੇ ਨੇ, ਸ਼ਹੀਦ ਵੀ ਪੈਦਾ ਕੀਤੇ ਨੇ। ਨਾਲ ਦਾ ਕਰੈਕਟਰ ਰੇਸ਼ਮਾ ਬੋਲੀਏ, ਗ੍ਰਿਫਤਾਰੀ ਦੇ ਦੇ ਮਾਜੂ, ਸਾਡੀ ਕਾਨੂੰਨ ਨਾਲ ਕਿਸ ਦੁਸ਼ਮਣੀ ਹੈ? ਤਾਂ ਕਿਸ ਕਾਨੂੰਨ ਦੀ ਗੱਲ ਕਰਨੀ ਹੈ ਰੇਸ਼ਮਾ? ਉਸ ਕਾਨੂੰਨ ਦੀ ਗੱਲ ਕਰਨੀ ਹੈ ਜਿਹਦੇ ਕੰਨ ਮਜ਼ਲੂਮ ਦੀ ਪੁਕਾਰ ਨਹੀਂ ਦੌਲਤ ਦੀ ਛਨਕਾਰ ਸੁਣਦੇ ਨੇ। ਉਸ ਕਾਨੂੰਨ ਦੀ ਗੱਲ ਕਰਨੀ ਹੈ ਜਿਹੜਾ ਇੱਜ਼ਤਦਾਰ ਲੁਟੇਰਿਆਂ ਲਈ ਮੁਹਾਫਜ਼ ਅਤੇ ਮਜ਼ਲੂਮਾਂ ਲਈ ਫਾਂਸੀ ਦਾ ਫੰਦਾ ਬਣ ਜਾਂਦਾ। ਉਸ ਕਾਨੂੰਨ ਦੀ ਗੱਲ ਕਰਨੀ ਹੈ ਜਿਹੜਾ ਅਸੈਂਬਲੀ ਤੋਂ ਲੈ ਕੇ ਇਸਲਾਮਾਬਾਦ ਤੱਕ ਨੋਟਾਂ ਦੀ ਕੁਰਸੀ 'ਤੇ ਬੈਠ ਕੇ ਸਫ਼ਰ ਕਰਦਾ। ਰੱਬ ਦੀ ਸੌਂ, ਜਿਸ ਦਿਨ ਇਸ ਮੁਲਕ ਦਾ ਕਾਨੂੰਨ ਅਤੇ ਕਾਨੂੰਨ ਦੇ ਮੁਹਾਫਜ਼ਾਂ ਦਾ ਜ਼ਮੀਰ ਜਾਗ ਪਿਆ, ਉਹ ਮੇਰੇ ਵਰਗੇ ਬਦਮਾਸ਼ ਆਪ ਮਰ ਜਾਣਗੇ ਜਾਂ ਆਪ ਮਰ ਜਾਣਗੇ। ਬਹੁਤ ਅੱਛੇ, ਇਹ ਬੜੀ ਵੱਡੀ ਕਲੈਬ ਹੁੰਦੀ ਸੀ। ਮਾਜੂ ਦਾ ਰੋਲ ਤੂੰ ਬਹੁਤ ਅੱਛਾ ਕੀਤਾ, ਔਰ ਤੈਨੂੰ ਸੱਜਿਆ ਵੀ ਬੜਾ ਕਾਲਾ ਸੂਟ, ਉਹਨਾਂ ਦਿਨਾਂ 'ਚ ਤੂੰ ਦਾੜ੍ਹੀ ਰੱਖੀ ਸੀ ਔਰ ਮਾਜੂ ਲੱਗ ਰਿਹਾ ਸੀ। ਮੈਂ ਕਿਹਾ ਮਾਜੂ ਡਰਾਮੇ ਤੋਂ ਬਾਅਦ ਮੰਗਦਾ ਸੜਕਾਂ 'ਤੇ। ਨਹੀਂ, ਇੱਕ ਉਹ ਆਪਣਾ ਨਾਨਾ ਪਾਟੀਕਰ ਦਾ ਡਾਇਲਾਗ, ਫੈਨ ਆ ਜੀ, ਉਹ ਬੜਾ ਪਿਆਰਾ ਕੰਮ ਕਰਦੇ ਨੇ। ਸਰਹੱਦਾਂ ਦੀ ਵਜ੍ਹਾ ਤੋਂ ਕੋਈ ਇੱਕ ਦੂਜੇ ਦੀ ਦੁਸ਼ਮਣੀ ਹੈ? ਨਹੀਂ, ਫਨਕਾਰ ਲਈ ਕੋਈ ਸਰਹੱਦ ਨਹੀਂ, ਫਨਕਾਰ ਲਈ ਕੋਈ ਸਰਹੱਦ ਨਹੀਂ। ਉਹ ਇੱਥੋਂ ਦੇ ਫਨਕਾਰ ਪਸੰਦ ਕਰਦੇ ਨੇ। ਮੇਰੇ ਜ਼ਾਤੀ ਤੌਰ 'ਤੇ ਜਿਨ੍ਹਾਂ ਨੂੰ ਮੈਂ ਪਸੰਦ ਕੀਤਾ ਬਹੁਤ, ਅਜੇ ਤੱਕ ਪਸੰਦ ਕਰਨਾ ਵਾਂ, ਪਾਕਿਸਤਾਨ 'ਚ ਤਲਤ ਹੁਸੈਨ ਸਾਹਿਬ ਨੂੰ ਮੈਂ ਬਹੁਤ ਪਸੰਦ ਕਰਨਾ ਵਾਂ, ਇੰਡੀਆ 'ਚ ਮੈਂ ਸੰਜੀਵ ਕੁਮਾਰ ਸਾਹਿਬ ਦਾ ਕੰਮ ਬਹੁਤ ਪਸੰਦ ਕਰਨਾ, ਅਤੇ ਨਾਨਾ ਪਾਟੀਕਰ ਸਾਹਿਬ ਦਾ ਮੈਂ ਸਟਾਈਲ ਬੜਾ ਪਸੰਦ ਕੀਤਾ ਹੈ। ਕੈਸੇ ਬਤਾਊਂ, ਕੈਸੇ ਬਤਾਊਂ ਮੈਂ ਤੁਮੇ ਮੇਰੇ ਲਈ ਤੁਮ ਕੌਣ ਹੋ, ਕੈਸੇ ਬਤਾਊਂ, ਕੈਸੇ ਬਤਾਊਂ, ਤੁਮ ਧੜਕਨੋ ਕਾ ਗੀਤ ਹੋ, ਜੀਵਨ ਕਾ ਤੁਮ ਸੰਗੀਤ ਹੋ, ਤੁਮ ਜ਼ਿੰਦਗੀ, ਤੁਮ ਬੰਦਗੀ, ਤੁਮ ਰੋਸ਼ਨੀ, ਤੁਮ ਤਾਜ਼ਗੀ, ਤੁਮ ਹਰ ਖੁਸ਼ੀ, ਤੁਮ ਪਿਆਰ ਹੋ, ਤੁਮ ਪ੍ਰੀਤ ਹੋ, ਕੈਸੇ ਬਤਾਊਂ ਮੈਂ ਤੁਮੇ ਮੇਰੇ ਲਈ ਤੁਮ ਕੌਣ ਹੋ, ਕੈਸੇ ਬਤਾਊਂ ਯੇ ਜੋ ਤੁਮਹਾਰਾ ਰੂਪ ਹੈ, ਯੇ ਜ਼ਿੰਦਗੀ ਕੀ ਧੂਪ ਹੈ, ਚੰਦਨ ਸੇ ਤਰਸ਼ੇ ਹੈ ਬਦਨ, ਬਹਿਤੀ ਹੈ ਜਿਸਮੇ ਕਾ ਗਨ ਸ਼ੋਹੀਆਂ, ਯੇ ਮਸਤੀਆਂ ਤੁਮਕੋ ਹਵਾਓਂ ਸੇ ਮਿਲੀ, ਜ਼ੁਲਫੇ ਘਟਾਓਂ ਸੇ ਮਿਲੀ, ਹੋਂਟੋਂ ਮੇਂ ਕਲੀਆਂ ਖਿਲ ਗਈਆਂ, ਅੱਖੋਂ ਕੋ ਝੀਲੇ ਮਿਲ ਗਏ, ਚਿਹਰੇ ਮੇਂ ਸਿਮਟੀ ਚਾਂਦਨੀ, ਆਵਾਜ਼ ਮੇਂ ਹੈ ਰਾਗਨੀ, ਸ਼ੀਸ਼ੇ ਕੇ ਜੈਸਾ ਅੰਗ ਹੈ, ਫੂਲੋਂ ਕੇ ਜੈਸਾ ਰੰਗ ਹੈ, ਨਦੀਓਂ ਕੇ ਜੈਸੀ ਚਾਲ ਹੈ, ਕਿਆ ਹੁਸਨ ਹੈ, ਕਿਆ ਹਾਲ ਹੈ, ਕੈਸੇ ਬਤਾਊਂ, ਕੈਸੇ ਬਤਾਊਂ, ਦੇਖੋ ਜਹਾਂ ਜਾਊਂ ਕਹੀਂ, ਤੁਮ ਹੋ ਵਹਾਂ, ਤੁਮ ਹੋ ਵਹੀਂ, ਤੁਮ ਹੋ ਮੇਰੀ ਹਰ ਬਾਤ ਮੇਂ, ਤੁਮ ਹੋ ਮੇਰੇ ਦਿਨ ਰਾਤ ਮੇਂ, ਤੁਮ ਸੁਬਹ ਮੇਂ, ਤੁਮ ਸ਼ਾਮ ਮੇਂ, ਤੁਮ ਸੋਚ ਮੇਂ, ਤੁਮ ਕਾਮ ਮੇਂ, ਮੇਰੇ ਲਈ ਪਾਨਾ ਵੀ ਤੁਮ, ਮੇਰੇ ਲਈ ਖੋਨਾ ਵੀ ਤੁਮ, ਮੇਰੇ ਲਈ ਹੱਸਣਾ ਵੀ ਤੁਮ, ਮੇਰੇ ਲਈ ਰੋਣਾ ਵੀ ਤੁਮ, ਔਰ ਜਾਗਣਾ ਸੋਨਾ ਵੀ ਤੁਮ, ਮੈਂ ਦੇਖਤਾ ਬਸ ਤੁਮ ਕਹੋ, ਮੈਂ ਸੋਚਤਾ ਬਸ ਤੁਮ ਕਹੋ, ਮੈਂ ਜਾਣਤਾ ਬਸ ਤੁਮ ਕਹੋ, ਮੈਂ ਮਾਨਤਾ ਬਸ ਤੁਮ ਕਹੋ, ਪੂਰਬ ਮੇਂ ਤੁਮ, ਪੱਛਮ ਮੇਂ ਤੁਮ, ਉੱਤਰ ਮੇਂ ਤੁਮ, ਦਕਸ਼ਿਨ ਮੇਂ ਤੁਮ, ਮੇਰੇ ਸਾਰੇ ਜੀਵਨ ਮੇਂ ਤੁਮ, ਯੂੰ ਧਿਆਨ ਮੇਂ ਹੋ ਮੇਰੇ ਤੁਮ, ਜੈਸੇ ਮੁਝੇ ਗੇਰੇ ਹੋ ਤੁਮ, ਯੇ ਜਿਸਮ ਕੀ ਗੁਲਾਈਆਂ, ਯੇ ਆਂਚਲ ਕੀ ਪਰਛਾਈਆਂ, ਜੈਸੇ ਹਜ਼ਾਰੋਂ ਤਿਤਲੀਆਂ, ਯੇ ਨਗਰੀਆ ਹੈ ਖਾਬ ਕੀ, ਕੈਸੇ ਬਤਾਊਂ ਤੁਝੇ ਹਾਲਤ ਹੈ ਦਿਲੇ ਬੇਤਾਬ ਕੀ, ਕੈਸੇ ਬਤਾਊਂ। ਬਹੁਤ ਅੱਛੇ, ਕਿਆ ਬਾਤ ਹੈ, ਅੱਜ ਵੀ ਯਾਦ ਹੈ ਤੈਨੂੰ ਸਾਰਾ। ਸਾਲਾ ਇੱਕ ਮੱਛਰ, ਇੱਕ ਮੱਛਰ, ਸਾਲਾ ਇੱਕ ਮੱਛਰ ਆਦਮੀ ਕੋ ਹਿਜੜਾ ਬਣਾ ਦਿੱਤਾ ਹੈ, ਇੱਕ ਖਟਮਲ ਪੂਰੀ ਰਾਤ ਕੋ ਅਪਾਹਜ ਕਰ ਦਿੱਤਾ ਹੈ, ਸਾਲਾ ਇੱਕ ਮੱਛਰ ਆਦਮੀ ਕੋ ਹਿਜੜਾ ਬਣਾ ਦਿੱਤਾ ਹੈ, ਸੁਬਹ ਘਰ ਸੇ ਨਿਕਲੋ ਬੀੜ ਕਾ ਹਿੱਸਾ ਬਣੋ, ਸ਼ਾਮ ਕੋ ਗਾਰ ਆਓ ਦਾਰੂ ਪੀਓ, ਬੱਚੇ ਪੈਦਾ ਕਰੋ, ਸੁਬਹ ਤੱਕ ਇੱਕ ਵਾਰ ਫਿਰ ਮਰ ਜਾਓ, ਕਿਉਂਕਿ ਆਤਮਾ ਔਰ ਅੰਦਰ ਕਾ ਇਨਸਾਨ ਮਰ ਚੁੱਕਾ ਹੈ, ਜੀਨੇ ਕੇ ਲਈ ਖਿਲੌਣੇ ਸਮਝੌਤੇ ਤੈਅ ਕਰ ਚੁੱਕਾ ਹੈ, ਊਚੀ ਦੁਕਾਨ ਫੀਕਾ ਪਕਵਾਨ, ਖੱਦਰ ਕੀ ਲੰਗੋਟੀ, ਚਾਂਦੀ ਕਾ ਭੀਕਦਾਨ, ਸੌ ਮੇਂ ਸੇ 80 ਬੇਈਮਾਨ, ਫਿਰ ਵੀ ਮੇਰਾ ਦੇਸ਼ ਮਹਾਨ, ਟੋਪੀ ਲਗਾਏ ਮੱਛਰ ਕਹਿਤਾ ਹੈ, ਦੇਸ਼ ਕੇ ਲੋਗੋ ਮੇਂ ਸਮਤਾ ਕੀ ਭਾਵਨਾ ਆ ਰਹੀ ਹੈ, ਇਸੀ ਲਈ ਤੋ ਬੜੀ ਮਛਲੀ ਛੋਟੀ ਕੋ ਖਾ ਰਹੀ ਹੈ, ਹਮਾਰੇ ਚੁਣੇ ਹੋਏ ਕੁੱਤੇ ਹਮੀ ਕੋ ਕਾਟਤੇ ਹੈ, ਹਮਾਰੇ ਹਿੱਸੇ ਕੀ ਬੋਟੀਆਂ ਆਪਸ ਮੇਂ ਬਾਂਟਤੇ ਹੈ, ਅਮਾਨੋ ਗੰਜ ਕੀ ਬਣੀ ਵਾਸਤੇ ਨੰਗੇ ਰਾਸਤੇ ਕਾਂਪਤੇ ਹੈ, ਕੱਲ ਪੈਦਾ ਹੋਏ ਬੱਚੇ ਇੱਕ ਸਾਂਸ ਲੈ ਤੋ ਹੈ ਹਾਮਤੇ ਹੈ, ਕਿਆ ਕਰੇ ਸਾਲਾ ਇੱਕ ਮੱਛਰ ਆਦਮੀ ਕੋ ਹਿਜੜਾ ਬਣਾ ਦਿੱਤਾ ਹੈ, ਸ਼ੈਤਾਨੋ ਕੀ ਨਜਾਇਜ਼ ਔਲਾਦ ਮੁਲਕ ਮੇਂ ਤਹਿਲਕਾ ਮਚਾਏ ਬੈਠੀ, ਔਰ ਹਮ ਭਗਵਾਨ ਕੇ ਚਹੀਤੇ ਜਾਨਵਰ ਇਨਸਾਨ ਜ਼ਿੰਦਗੀ ਕੋ ਗਾਲੀ ਬਣਾਏ ਬੈਠੇ ਹੈ, ਗਿਰੋ ਗਿਰੋ ਸਾਲੋ ਗਿਰੋ, ਮਗਰ ਗਿਰੋ ਤੋ ਉਸ ਝਰਨੇ ਕੀ ਤਰ੍ਹਾਂ, ਜੋ ਪਰਬਤ ਕੀ ਉਚਾਈ ਸੇ ਘਿਰ ਕਰ ਆਪਣੀ ਸੁੰਦਰਤਾ ਕੋ ਨਹੀਂ ਖੋਤਾ, ਜ਼ਮੀਨ ਕੀ ਤਹਿ ਸੇ ਮਿਲਕਰ ਆਪਣੀ ਹਸਤੀਓ ਕੋ ਨਰਗ ਨਹੀਂ ਹੋਣੇ ਦਿੱਤਾ, ਮਗਰ ਇਤਨਾ ਸੋਚਣੇ ਕੇ ਲਈ ਵਕਤ ਹੈ ਕਿਸ ਕੇ ਪਾਸ, ਸਾਲੋ ਤੁਮੇ ਤੋ ਮੱਛਰ ਨੇ ਹਿਜੜਾ ਬਣਾ ਦਿਆ,
किया है। मंदिर मस्जिद की लड़ाई में मर गए लाखों इंसान, धर्म और मजहब के नाम पे हो गए हजारों कुर्बान। जिसने अन्याय के विरुद्ध में बाली को मारा, रावण को मौत को कार तोड़ा, पुण्य को पाप से उभारा, मुझे उस राम की तलाश है। मगर मुझको लगता है कि उस युग के राम को आजीवन परमास है। कभी शैतान आएंगे मेरे दरवाजे पर दस्तक देंगे, मेरे जहन की तलाशी लेंगे, फिर चल उठेंगे। उस वक्त मैं डरूंगा नहीं, अपने शरीर को डाल और हाथ को तलवार बनाऊंगा। कभी ना कभी तो तुम मेरा हाथ चूमोगे। करो आज मुझे नीलाम करो, रसवा करो। रसवाई के लिए मेरे पास है क्या, बस जलते हुए आंसू का एहसास। मगर मैं तुमसे बदला लूंगा, तुम्हारी आहरी गुल्ली तक अपनी आंखों में ठहरे दो आंसू तुमको मैं फोकट में दूंगा, क्योंकि सालों तुम्हें तो एक मच्छर ने हिजड़ा बना दिया है। बहुत अच्छे, बहुत अच्छे शिवा साहब। शायद मेरा ख्याल है कि ये वन शॉट उन्होंने भी ना किया हो जो तू कर दिता है। चलो थैंक यू, सदा खुश रहो, अल्लाह ताड़े फन च होर इजाफा करे। ए पूरी दुनिया से तुम नज़र आओगे इंशाल्लाह ताला, तुहानू कितनों कितों काम की आवाज़ भी जरूर आएगी। तो अलबेला टीवी लिए कुछ कहोगे? अलबेला टीवी माशाल्लाह अल्लाह इनू होर बुलंदियों ते लैके जावे। बड़े प्रमोट कर रहे ने नवयां नू, पुराणियां नू बड़ा तारीफ करवा रहे ने। उन्हां लोकां दा दस रहे ने जिन्हां बहुत दूर लोग नहीं सी जानते, और उन्हां उन्हां दे बारे भी दस्या जा रहा जिन्हां लोग जानते सन। उन्हां दी अंदरूनी गल्लां अलबेला टीवी दे जरिए उन्हां तक पहुँच रही ने। इन्हां दी व्यूअरशिप माशाल्लाह बहुत अच्छी है, बहुत अच्छे तरीके नाल तुसीं इंटरटेन कर रहे हो सारी पब्लिक नू। और अल्लाह ताला तुहानू सलामत रखे तुहाडे बच्चों के सिर ते, अल्लाह ताला होर तुहानू खुशियां देवे। और मेरे यार दा की हाल जे? हमजा दा, हमजा ठीक है। और तू फनकार अच्छा हो ही सकना, जो गखड़ दा रहण वाला जिथे बब्बू बराल साहब, राव अली अकरम दास साहब, गखड़ भी नाल ही है, राव अली अकरम दास। देखो आज अल्लाह पाक दा की करम है ओदे ते। हैं अकरम साहब बहुत नाइस इंसान ने, जैसे वो फनकार ने उस तो कई गुना अच्छे इंसान ने माशाल्लाह। उन्होंने भी बड़िया दुआवां ने, और अल्लाह ताला उन्होंने तंदुरुस्ती सेहत दे, बहुत ही नाइस इंसान ने। थैंक यू सो मच। अगर तुहानू साडी वीडियो पसंद आई है, अगली वीडियो नाल फिर मुलाकात होएगी। अपना बहुत सारा ख्याल रखना, अल्लाह हाफिज़। अगर आप हमारी मजीद वीडियोस देखना चाहते हैं तो हमारा चैनल सब्सक्राइब करें और बेल आइकॉन दबा दें। ऐसे करके